बीती रात पंजाब विच हुई तेज बारिश अते हनेरी चखण ने किसानां दीआं चिंतावां नूं वधा दित्ता। जेकर नाभा दी गल कीती जावे तां इत्थे वी तेज हनेरी अते बारिश दे कारण किसानां दी पुत्ता वांग पाली फसल धरती ते पिछ गई है। इस दे नाल किसान परेशान दिखाई दे रहे ने। जिहड़ी कणक पक के तैयार हो चुकी सी, किसान उस नूं वढ़न दी तैयारी विच लगा सी, बरसात ने उन्हां दीआं आसां ते पाणी फेर दित्ता है। एक पासे जिथे सरकारां किसानां नाल बेरुखी वाला वतीरा कर रहियां ने, उत्थे ही कुदरत दा कहर वी किसानां ते दोहरी मार मार रिहा है। किसानां ने कहा है कि ये जो कणक धरती दे नीचे ढह ढेरी हो गई है, इस नाल किसानां नूं बहुत वड्डा नुकसान होवेगा, क्योंकि ये कणक हुण काले दाने विच तब्दील हो जावेगी अते इस दे नाल झाड़ वी घट जाएगा। लेबर दा वी दुगणा खर्चा किसानां नूं झलना पवेगा। किसानों ने सरकार तो मुआवजे की मांग की है। फसल का नुकसान तो जी हुण तुसीं आपदे चैनल के माध्यम दिखा सकते हो, किते भी कणक खड़ी नहीं रही। हुण पूरी वाढ़ी का मौसम तीगा, पूरा पीक आवर ते चलना ती दो चार दिन ते हुण इहदे नाल इक तां दाणे च सिल हो जाणी आपां, जिहड़ी मॉइस्चर दी सरकार दीआं पाबंदियां ने ना, मॉइस्चर नहीं सही आउणा, क्योंकि जिहड़ा तां दाणा हुण तुसीं देख सकदे हो जिहड़ा धरती नाल दाणा लग्गिया होया उहदे विच्चों काला दाणा होणा ते उहदा मॉइस्चर नहीं सही आउणा, क्योंकि उहनूं धरती चों नमी मिली जाणी आ मींह दी। सानूं तूड़ी दा चलो तां नुकसान जिहड़ा है उह तां होणा ही आ जी, ते असीं तां इक मंग करदे आ सरकार तों मॉइस्चर दीआं पाबंदियां ते काले दाणे जिहड़े उहनां दीआं आपदीआं क्वालिटी चैक्स हुंदे ने उहनां दीआं पाबंदियां एक्सती हटाईआं जाण। बीते दिन भी करोपी आई सी, उदों भी काफ़ी नुकसान होया सी, दुबारे फिर हुण तां वढ़न नूं तैयार है सी, मतलब एक दो दिन च तुसीं फसल नूं वढ़े देणा सी हुण तां। ਹਾਂਜੀ ਬਿਲਕੁਲ, ਪਹਿਲਾਂ ਹੀ ਨੁਕਸਾਨ ਹੋ ਚੁੱਕਿਆ ਨਾ, ਉਹ ਜਿਹੜਾ ਫਸਲ ਦਾ ਆਪਾਂ ਕਹਿੰਦੇ ਝੜਦਾ ਪਹਿਲਾਂ ਹੀ ਘੱਟ ਗਿਆ, ਹੁਣ ਜਿਹੜਾ ਆਹ ਬੇਮੌਸਮਾ ਹੋਇਆ ਇਹਦੇ ਨਾਲ ਤਾਂ ਹੋਰ ਵੀ ਪ੍ਰੋਬਲਮਸ ਖੜੀਆਂ ਹੋ ਜਾਣਗੀਆਂ। ਝੜ ਤਾਂ ਜਿਹੋ ਜਿਹਾ ਹੋਣਾ ਤੀ, ਪਰ ਤੁਹਾਨੂੰ ਦੱਸਿਆ ਵੀ ਉਹਨਾਂ ਕੰਬਾਈਨ ਨੇ ਨਹੀਂ ਦਾਣਾ ਕੱਢਣਾ, ਦਾਣਾ ਵੀ ਵਿੱਚ ਰਹੂਗਾ ਸਿੱਲ ਕਰਕੇ, ਅਤੇ ਗਿੱਲਾ ਜੀ ਉਈ ਚਾਰ ਪੰਜ ਦਿਨ ਤਾਂ ਉਈ ਲੇਟ ਹੋ ਗਏ, 10 ਦਿਨ ਤਾਂ ਇਹਦਾ ਗਿੱਲ ਤਾਂ ਵੀ ਨਹੀਂ ਵੱਢਿਆ ਜਾਣਾ, ਉਦਾਂ ਹੀ ਕਾਲਾ ਹੋ ਜਾਣੀ ਹੈ ਬੱਲੀ ਤਾਂ। ਤੁਸੀਂ ਮੰਨਦੇ ਹੋ ਜਿਹੜੇ ਹੈਗੇ, ਇੱਕ ਤਾਂ ਸਰਕਾਰਾਂ ਬੇਰੁਖੀ ਨੇ, ਉੱਧਰੋਂ ਕੁਦਰਤ ਦੀ ਕਰੋਪੇ ਵੀ ਤੁਹਾਡੇ 'ਤੇ ਮਾਰਾ ਪੈ ਰਹੀ ਆ। ਬਿਲਕੁਲ ਜੀ ਬਿਲਕੁਲ, ਬੇਮੌਸਮਾਂ ਬਰਸਾਤ, ਉੱਧਰੋਂ ਸਰਕਾਰਾਂ, ਇਹ ਤਾਂ ਬਹੁਤ ਔਖਾ ਕੰਮ ਚੱਲ ਰਿਹਾ ਕਿਸਾਨੀ ਲਈ, ਤਾਂ ਬਹੁਤ ਮੁਸ਼ਕਿਲ ਘੜੀ ਦੇ ਵਿੱਚੋਂ ਕਿਸਾਨ ਲੰਘ ਰਿਹਾ, ਜਿਹਦੀ ਘੜੀ ਉਹਦੀ ਮੈਂ ਤਾਂ ਕਹਿਣਾ ਕਿਤੇ ਸੁਣਵਾਈ ਨਹੀਂ, ਨਾ ਸਰਕਾਰਾਂ 'ਚ ਨਾ ਪਰਮਾਤਮਾ ਕੋਲ। ਨੁਕਸਾਨ ਤਾਂ ਹੁਣ ਸਾਰਿਆਂ ਦੀ ਹੋਇਆ, ਇਕੱਲਾ ਮੇਰੀ ਜ਼ਮੀਨ ਦਾ ਵੀ ਕੀ ਆ, ਮੇਰੀ ਜ਼ਮੀਨ ਤਾਂ ਮੈਨੂੰ ਵੀ ਉਹੀ ਜਿਹੀ ਲਾਭ ਆ, ਉਹੀ ਜਿਹੀ ਨੁਕਸਾਨ ਆ, ਸਾਰੇ ਪਿੰਡ ਨਾਲ ਹੀ ਆ, ਸਾਰੀ ਪੰਜਾਬ ਨਾਲ ਹੀ ਆ ਤਕਰੀਬਨ। ਉੱਧਰੋਂ ਪਰਮਾਤਮਾ ਦੀ ਮਾਰ, ਉੱਧਰੋਂ ਸਰਕਾਰਾਂ ਦੀ ਮਾਰ, ਬੰਦੇ ਕੋਈ ਦਿੱਲੀ ਬੈਠੇ ਨੇ, ਕੋਈ ਧਰਨੇ 'ਤੇ ਹੈਰਾਨ ਹੋ ਰਿਹਾ, ਉੱਥੇ ਵੀ ਰੋਜ਼ ਦਾ ਡੇਲੀ ਦਾ ਬੰਦੇ ਦਾ ਜਾਣਾ ਆਉਣਾ ਪਿੰਡ 'ਚ, ਜਿਵੇਂ ਵੀ ਰਿਵਾਜ਼ ਆ ਵੀ ਆਪਦੇ ਪਿੰਡੋਂ ਡਿਊਟੀਆਂ ਲਾਉਣੀਆਂ 10-10 ਦਿਨ ਦੀਆਂ ਸਾਰੇ ਬੰਦਿਆਂ ਨੇ, ਅਤੇ ਇੱਧਰੋਂ ਸਰਕਾਰ ਨਹੀਂ ਕੁਛ ਕਰ ਰਹੀ, ਇੱਧਰੋਂ ਪਰਮਾਤਮਾ ਨਹੀਂ ਸਾਥ ਦੇ ਰਿਹਾ, ਅਤੇ ਹੁਣ ਤਾਂ ਬਿਲਕੁਲ ਖਰਾਬ ਚੁੱਕਿਆ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ, ਤੁਹਾਨੂੰ ਲੱਗਦਾ ਵੀ ਸਰਕਾਰ ਬਾਂਹ ਫੜੂਗੀ? ਸਰਕਾਰ ਤੋਂ ਅਸੀਂ ਮੰਗ ਕਰ ਸਕਦੇ ਹਾਂ, ਦੇਣਾ ਦੇਣ ਨਾ ਦੇਣਾ ਤਾਂ ਉਹਦਾ ਹੀ ਉਹ ਆ, ਤਾਂ ਕਹਿੰਦੇ ਵੀ ਹੁਣ ਨਹੀਂ ਨਹੀਂ ਕਰਦੇ, 10,000 ਰੁਪਈਆ ਕਿੱਲੇ ਮਗਰ ਨੁਕਸਾਨ ਹੋਇਆ ਜ਼ਿਮੀਂਦਾਰ, ਜੇ ਇਹ ਸਹੀ ਹੁਣ ਵੀ ਸਹੀ ਉਤਰ ਜਾਏ ਤਾਂ 10,000 ਰੁਪਈਏ ਕਿੱਲੇ ਮਗਰ ਅੱਜ ਵੀ ਨੁਕਸਾਨ ਆ, 5 ਕੁਇੰਟਲਾਂ ਦਾ ਆਰਾਮ ਨਾਲ ਨੁਕਸਾਨ। ਕਿੰਨਾ ਕੁ ਰਾਤ ਤੇਜ਼ ਹਨੇਰੀ 'ਚ ਖੜਾ? ਬਹੁਤ ਹਨੇਰੀ ਤੇਜ਼ ਆਈ ਹੈ, ਬਾਰਿਸ਼ ਬਹੁਤ ਹੋਈ ਆ, ਬਹੁਤ ਹਨੇਰੀ ਤੇਜ਼ ਆਈ ਹੈ, ਦਰਖਤ ਵੀ ਤੋੜੇ ਪਏ ਨੇ ਵਿੱਚ, ਤਾਂ ਕਾਫੀ ਨੁਕਸਾਨ, ਬਹੁਤ ਨੁਕਸਾਨ ਹੋਇਆ।